ਅਨੰਦ ਭਾਗੀ ਘਟਨਾ ਹੋਈ ਆ ਬਾਈ ਜੀ। ਇਹ ਤਾਂ ਸਾਡੇ ਮੂੰਹ ਤੇ ਚਪੇੜਾ ਵੱਜਿਆ ਜੀ, ਇੱਕ ਅਸੀਂ ਸੇਵਾ ਕਰਦੇ ਹਾਂ ਗਊਆਂ ਦੀ, ਅਸੀਂ 40-45 ਕਿਲੋਮੀਟਰ ਤੋਂ ਲੈ ਕੇ 70 ਤੀਕਰ ਵੀ ਚੱਕ ਕੇ ਲਿਆਉਣੇ ਆ, ਰੋਡਾਂ ਤੋਂ ਲਿਆਉਣੇ ਆ ਜਿੱਥੇ ਵੀ ਕੋਈ ਹੁੰਦਾ। ਤੇ ਹੁਣ ਸਾਡੇ ਸਾਨੂੰ ਜਵਾਬ ਨੀ ਕੋਈ ਕਿਸੇ ਗੱਲ ਦਾ ਵੀ ਅਸੀਂ ਦੇ ਸਕਦੇ ਵੀ ਸਾਡੇ ਪਿੰਡ ਦੀ ਏਡੀ ਵੱਡੀ ਮਦੀਰ ਪਿੰਡ ਦੀ ਘਟਨਾ ਜੀ। ਇਹ ਗੱਲ ਸੁਣੋ, ਜਿਉਂਦੀ ਗਊ ਨੂੰ ਗੱਲ ਸੁਣੋ ਵੀ ਹੱਡਾ ਰੋੜੀ ਦੇ ਵਿੱਚ ਸਿੱਟ ਗਏ, ਗੱਲ ਸੁਣੋ। ਬਾਕੀ ਮਸ਼ੀਨ ਵੀ ਦੇ ਰੱਖੀ ਆ ਅਸੀਂ ਇਹਨਾਂ ਨੂੰ, ਹੁਣ ਸਾਨੂੰ ਪਤਾ ਲੱਗ ਗਿਆ ਜੀ ਕਿਹਨੇ ਉਹ ਕਰਿਆ, ਗੱਲ ਸੁਣੋ। ਬਠਿੰਡੇ ਤੀਕਰ ਅਸੀਂ ਇਲਾਜ ਵੀ ਕਰਾ ਕੇ ਲਿਆਉਣੇ, ਜੋ ਵੀ ਕੀੜੇ ਪਏ ਆ, ਲੱਤਾਂ ਬਾਹਾਂ ਟੁੱਟੀਆਂ, ਐਕਸੀਡੈਂਟ ਕੋਈ ਵੀ ਹੁੰਦਾ ਅਸੀਂ ਚੱਕ ਕੇ ਲਿਆਉਣੇ ਆ ਉਹ। ਇਹ ਤਾਂ ਬੇਨਤੀ ਕਰਦੇ ਹਾਂ, ਹੱਥ ਬੰਨ ਕੇ ਇਹੀ ਕਰ ਸਕਦੇ ਹਾਂ ਵੀ ਇਹ ਸਾਨੂੰ ਸੰਯੋਗ ਦਿਓ ਸਮਾਂ ਦੀ, ਸਾਨੂੰ ਦੱਸੋ ਤੁਸੀਂ ਜੀ ਇਹ ਜੀ ਕੋਈ ਗੱਲਬਾਤ ਹੈਗੀ ਆ, ਅਸੀਂ ਚੱਕ ਕੇ ਲਿਆਵਾਂਗੇ ਉਹਨੂੰ, ਉਹਦਾ ਇਲਾਜ ਕਰਾਵਾਂਗੇ। ਜਦੋਂ ਅਸੀਂ ਬਾਹਰੋਂ ਲਿਆ ਕੇ ਉਹ ਕਰ ਸਕਦੇ ਤੇ ਪਿੰਡ ਦੀਆਂ ਗਊਆਂ ਦਾ ਅਸੀਂ ਕਿਉਂ ਨੀ ਕਰਾਉਂਦੇ ਜੀ? ਠੀਕ ਹੈ, ਮਸ਼ੀਨ ਵੀ ਦੇ ਰੱਖੀ ਆ, ਗੱਲ ਸੁਣੋ। ਬਾਈ ਜੀ ਹੈਗੇ ਆ ਇੱਥੇ, ਉਹ ਖੜੇ ਆ, ਗੱਲ ਸੁਣ, ਜਿੰਨਾ ਜਿਹੜੇ ਸਿੱਟ ਕੇ ਗਏ ਆ ਉਹ ਕਰਾਂਗੇ, ਇਹਦਾ ਇਲਾਜ ਕਰਾਵਾਂਗੇ ਜਿੰਨਾ ਹੋ ਸਕਿਆ, ਜੇ ਠੀਕ ਹੋ ਗਈ ਮੈਂ, ਇਹ ਤਾਂ ਕਰਮਾਂ ਦੀ ਗੱਲ ਆਈ ਹੈ ਤੇ ਅਸੀਂ ਤਾਂ ਆਪਦਾ ਯਤਨ ਕਰਾਂਗੇ ਪੂਰਾ। ਠੀਕ ਠੀਕ, ਜਿੰਨਾ ਵੀ ਹੋ ਸਕਿਆ। ਠੀਕ ਹੈ ਜੀ, ਅਸੀਂ ਕਰਦੇ ਹੀ ਆ, ਗੱਲ ਸੁਣੋ। 50,000 ਦੀ ਮੈਡੀਕਲ ਤੋਂ ਦਵਾਈਆਂ ਆਉਂਦੀਆਂ, ਸੇਵਾ ਅਸੀਂ ਆ ਹੁਣ 12 ਵਜੇ ਤਾਂ ਸੇਵਾ ਪਿੰਡ ਦੇ ਵਿੱਚੋਂ ਗਊਆਂ ਦੀ ਇਕੱਠੀ ਕਰਕੇ ਨਾ ਰੋਟੀਆਂ ਤੇ ਦਾਣਾ ਦੂਣਾ ਅਸੀਂ ਕਰਦੇ ਹਾਂ ਇਕੱਠਾ, ਗੱਲ ਸੁਣੋ। ਤੇ ਹਜੇ ਮੈਂ ਜਾ ਕੇ ਪਾਣੀ ਨੀ ਪੀਤਾ ਸੀ ਤੇ ਇਧਰੋਂ ਫੋਨ ਆ ਗਿਆ ਭਾਈ ਆਹ ਕਰਨਾ ਵਾ ਹੋ ਗਿਆ। ਨਾਲ ਦੀ ਨਾਲ ਭੱਜੇ ਸਾਰੇ ਸੇਵਾਦਾਰ, ਆਪਾਂ ਨੂੰ ਸੰਭਾਲ ਗਏ ਹਜੇ ਤਾਂ ਇਹ ਆ ਗਏ। ਚਲੋ ਧੰਨਵਾਦ ਇਹਨਾਂ ਦਾ, ਇਹਨਾਂ ਨੇ ਸਾਨੂੰ ਦੱਸ ਤਾ, ਜੇ ਕੁੱਤੇ ਲੱਗ ਜਾਂਦੇ ਦੇਖੋ ਵੀ ਕਿੱਡੀ ਭੈੜੀ ਗੱਲ ਸੀਗੀ, ਹਜੇ ਇਹ ਨੀ ਨੁਕਸਾਨ ਹੋਇਆ। ਬਸ ਬੇਨਤੀ ਆ ਅੱਗੇ ਤੋਂ ਕੋਈ ਇਹ ਜਾਂ ਜੇ ਸਾਨੂੰ ਦੱਸੋ, ਜੇ ਕਿਸੇ ਕਿਸਮ ਦੀ ਕੋਈ ਕਿਸੇ ਦਾ ਬਿਮਾਰ ਆ ਜਾਂ ਕਿਵੇਂ ਵੀ ਸਾਨੂੰ ਦੱਸ ਦਿਓ ਭਾਈ, ਨਾ ਇਲਾਜ ਨਹੀਂ ਕਰਾਇਆ ਜਾਂਦਾ ਸਾਡੇ ਕੋਲ, ਅਸੀਂ ਲਿਆਵਾਂਗੇ, ਗੱਲ ਸੁਣੋ। ਵੈਸੇ ਤਾਂ ਕਰਾਉਣਾ ਚਾਹੀਦਾ, ਗੱਲ ਸੁਣੋ, ਦੁੱਧ ਪੀਂਦੇ ਹਾਂ ਆਪਾਂ, ਉਹਨੂੰ ਸਾਂਭਦੇ ਹਾਂ ਜਦੋਂ ਕੋਈ ਉਹ ਹੋ ਜਾਂਦਾ। ਹੁਣ ਮੰਨ ਲਓ ਗੱਲ ਸੁਣ ਵੀ ਉਹ ਕਹਿੰਦੇ ਵੀ ਐਂ ਕਰਕੇ ਬਿਮਾਰ ਸੀ ਵੀ ਹੁਣ ਘਰ ਦਾ ਜੀ ਕੋਈ ਬਿਮਾਰ ਹੋ ਜਾਏ, ਕੋਈ ਵਿਰਧ ਆ ਜਾਂ ਕੋਈ ਵੀ ਆ, ਉਹਨੂੰ ਆਪਾਂ ਜਿਉਂਦੇ ਨੂੰ ਚਿਖਾ ਤੇ ਪਾ ਦਿਆਂਗੇ, ਗੱਲ ਸੁਣੋ, ਪਾ ਸਕਦੇ ਹਾਂ ਸ਼ਮਸ਼ਾਨ ਘਾਟ ਚ ਆਪਾਂ ਜਿਉਂਦੇ ਨੂੰ ਦੱਸੋ, ਇਹ ਇਹਨਾਂ ਦਾ ਗੱਲ ਸੁਣ, ਸ਼ਮਸ਼ਾਨ ਘਾਟ ਹੀ ਆ, ਗੱਲ ਸੁਣ, ਜਿਉਂਦੀ ਨੂੰ ਤੂੰ ਸ਼ਮਸ਼ਾਨ ਘਾਟ ਦੇ ਵਿੱਚ ਵੇਖੋ ਤੁਸੀਂ ਹੱਡਾ ਰੋੜੀ ਚ ਲਿਆਂਦਾ, ਇਹਨਾਂ ਕਿੱਡੀ ਭੈੜੀ ਗੱਲ ਆ, ਗੱਲ ਸੁਣ, ਸੋਚਣਾ ਚਾਹੀਦਾ ਦਿਮਾਗ ਨਾਲ ਵੀ ਇਹਨੂੰ, ਗੱਲ ਸੁਣੋ, ਕੁੱਤਿਆਂ ਨੇ ਚੂੰਡ ਚੂੰਡ ਕੇ ਜਿਉਂਦੀ ਨੂੰ ਖਾਣਾ ਸੀਗਾ, ਤੇ ਤੁਸੀਂ ਵੇਖ ਲਓ ਆਪਣਾ ਸੀਤ ਝਰਨਾਹਟ ਨਿਕਲਦਾ ਸਰੀਰ ਦੇ ਵਿੱਚੋਂ, ਗੱਲ ਸੁਣੋ ਵੀ ਕੀ ਹਾਲ ਹੋਣਾ ਸੀ, ਕਿੰਨੀ ਔਖੀ ਇਹਦੀ ਜਾਨ ਨਿਕਲਣੀ ਸੀ, ਗੱਲ ਸੁਣੋ, ਸੋਚੋ ਦਿਮਾਗ ਨਾਲ ਕੋਈ ਵੀ ਬੰਦਾ ਸੋਚ ਕੇ ਦੇਖੋ ਇਸ ਗੱਲ ਨੂੰ। ਅੱਗੇ ਤੋਂ ਬੇਨਤੀ ਹੈ, ਗੱਲ ਸੁਣੋ ਜੀ, ਇਹ ਜੀ ਸਾਨੂੰ ਸੇਵਾ ਦਾ ਮੌਕਾ ਦਿਓ, ਅਸੀਂ ਤੁਹਾਡੀ ਸੇਵਾ 'ਚ 24 ਘੰਟੇ ਹਾਜ਼ਰ ਹਾਂ, ਸਾਰੇ ਮੁੰਡਿਆਂ ਦੇ ਨੰਬਰ ਖੁੱਲ੍ਹੇ ਹੁੰਦੇ ਆ, ਕੋਈ ਸਿਆਲਾਂ ਧੁੰਦਾਂ ਦੇ ਵਿੱਚ ਭੁਲਾਈਆਂ ਨੇ ਤਾਂ ਗੱਲ ਸੁਣ ਢੱਟਾ ਚੱਕ ਕੇ ਲਿਆਉਂਦਾ ਐਕਸੀਡੈਂਟ ਵਾਲਾ, ਜਮ੍ਹਾਂ ਧੁੰਦ ਦੇ ਵਿੱਚੋਂ, ਸਾਰੇ ਗੱਲ ਸੁਣੋ ਵੀ ਸੰਯੋਗ ਦਿਓ ਇਹਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X और WhatsApp चैनल पर।